ਕੌਰ ਸਿੰਘ ਹੁਣੀ ਹੈਗੇ ਆ ਸਲੇਬਰ ਮਸੰਦਾ ਤੋਂ, ਇਹਨਾਂ ਨੇ ਇਸ ਢੰਗ ਨਾਲ ਬਿਜਾਈ ਕੀਤੀ ਸੀਗੀ। ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਆਪਣਾ ਜੋ ਇਹਨਾਂ ਦਾ ਆਬਜ਼ਰਵੇਸ਼ਨ ਆ, ਜੋ ਇਹਨਾਂ ਦਾ ਐਕਸਪੀਰੀਅੰਸ ਹੋਇਆ, ਉਹਦੇ ਬਾਰੇ ਬਿਆਨ ਕਰਨ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਦਾਰ ਅਵਤਾਰ ਸਿੰਘ ਦੀ ਗਾਈਡੈਂਸ ਨਾਲ ਝੋਨੇ ਦੀ ਬਿਜਾਈ ਕੀਤੀ ਸੀਗੀ। ਅਸੀਂ ਕਣਕ ਵਾਲੇ ਖੇਤਾਂ ਨੂੰ ਤੂੜੀ ਬਣਾ ਕੇ ਤੁੱਕਿਆਂ ਦੇ ਵਿੱਚ ਰੋਟਾਵੇਟਰ ਫੇਰ ਦਿੱਤਾ ਜੀ। ਫਿਰ ਉਹਦੀ ਰੌਣੀ ਕਰਕੇ ਦੋ ਵਾਰ ਤਵੀਆਂ ਨਾਲ ਵਾਹ ਕੇ ਸੁਹਾਗਾ ਮਾਰ ਕੇ ਤਾਂ ਲੇਜ਼ਰ ਲੈਵਲ ਕਰਵਾ ਲਿਆ ਜੀ। ਉਸ ਤੋਂ ਬਾਅਦ ਉਹਨੂੰ ਚਾਰ ਵਾਰ ਭਾਰੇ ਸੁਹਾਗੇ ਨਾਲ ਦੱਬਿਆ। ਹੈਲੋ, ਹਾਂਜੀ ਹਾਂਜੀ ਹਾਂਜੀ। ਉਹਨੂੰ ਚਾਰ ਵਾਰ ਭਾਰ ਰੱਖ ਕੇ ਸੁਹਾਗਾ ਮਾਰ ਕੇ ਦੱਬ ਦਿੱਤਾ ਜੀ। ਫਿਰ ਡਰਿੱਲ ਨਾਲ ਝੋਨੇ ਦੀ ਬਿਜਾਈ ਕਰਕੇ ਕੁਛ ਖੇਤ ਸੀਗੇ ਜਿਹਨਾਂ ਨੂੰ ਮੈਂ ਸੁਹਾਗਾ ਨਹੀਂ ਮਾਰਿਆ, ਬਿਜਾਈ ਕਰਕੇ ਵੱਟਾਂ ਪਾ ਕੇ ਉਸੇ ਟਾਈਮ ਨਾਲ ਹੀ ਪੈਂਡੀ ਮਾਈਥਲਿਨ ਤੇ ਸਾਥੀ ਦੀ ਸਪਰੇਅ ਕਰ ਦਿੱਤੀ। ਫਿਰ ਉਹਨੂੰ 26 ਦਿਨਾਂ ਬਾਅਦ ਪਾਣੀ ਲਾਇਆ ਜੀ। ਪਰ ਜਿਨ੍ਹਾਂ ਖੇਤਾਂ ਦੇ ਵਿੱਚ ਮੈਂ ਸੁਹਾਗਾ ਮਾਰ ਬਾਅਦ ਦੇ ਵਿੱਚ ਬੀਜਣ ਤੋਂ ਬਾਅਦ ਸੁਹਾਗਾ ਮਾਰਿਆ, ਜਿਨ੍ਹਾਂ ਚ ਨਹੀਂ ਮਾਰਿਆ, ਜਿਨ੍ਹਾਂ ਚ ਸੁਹਾਗਾ ਮਾਰਿਆ ਸੀ ਉਹਦੇ ਵਿੱਚ ਕੱਖ ਨਾ ਮਾਤਰ ਜੰਮਿਆ, ਤੇ ਜਿਹੜਾ ਅਸੀਂ ਸੁਹਾਗਾ ਦੁਬਾਰਾ ਬਾਅਦ ਚ ਸੁਹਾਗਾ ਮਾਰ ਕੇ ਝੋਨਾ ਬੀਜਿਆ ਸੀਗਾ, ਉਹਨੂੰ ਬੀਜਣ ਤੋਂ ਦੂਸਰੇ ਦਿਨ ਬਹੁਤ ਜ਼ਿਆਦਾ ਮੀਂਹ ਪੈ ਗਿਆ ਸੀ। ਤੇ ਮੈਂ ਫਿਰ ਦੁਬਾਰਾ ਵੱਤ ਆਉਣ ਤੇ ਸੋਚ ਰਿਹਾ ਸੀ ਕਿ ਇਹਨੂੰ ਸੁਹਾਗਾ ਮਾਰ ਦੇਈਏ। ਫਿਰ ਜਦੋਂ ਅਸੀਂ ਉਹਨੂੰ ਖੇਤ ਦੇ ਵਿੱਚ ਦੇਖਿਆ ਤਾਂ ਝੋਨੇ ਦੀ ਜਰਮੀਨੇਸ਼ਨ ਹੋਈ ਹੋ ਸੀਗੀ। ਮੈਂ ਉਹਨੂੰ ਦੁਬਾਰਾ ਪਾਣੀ ਲਾਉਣ ਦੀ ਸੋਚਦਾ ਸੀ ਤਾਂ ਫਿਰ ਭਰ ਕੇ ਮੀਂਹ ਪੈ ਗਿਆ ਜੀ। ਮੈਨੂੰ ਪਾਣੀ ਲਾਉਣ ਦੀ ਲੋੜ ਨਹੀਂ ਪਈ, ਨਦੀਨ ਵੀ ਨਹੀਂ ਕੋਈ ਜੰਮਿਆ ਤੇ ਝੋਨਾ ਸਾਰਾ ਬਹੁਤ ਵਧੀਆ ਜੰਮ ਪਿਆ ਜੀ। ਹੁਣ ਜਿਹੜਾ ਮੇਰਾ ਝੋਨਾ ਆ ਉਹ ਨਿਸਰ ਗਿਆ ਆ, ਦਾਣੇ ਗੱਦਰ ਗਏ ਆ। ਮੇਰੇ ਹਿਸਾਬ ਨਾਲ ਅਗਲੇ ਮਹੀਨੇ ਦੇ ਐਂਡ ਤੱਕ, ਸਤੰਬਰ ਐਂਡ ਤੱਕ ਵੱਢਿਆ ਜਾਊਗਾ। ਤੇ ਅਸੀਂ ਉਹਨੂੰ ਪਾਣੀ ਲਾ ਕੇ ਇੱਕ ਸਪਰੇਅ ਕੀਤੀ ਸੀਗੀ ਬਾਅਦ ਦੇ ਵਿੱਚ ਨਦੀਨ ਦੀ, ਇੱਕ ਪਹਿਲਾਂ ਪੈਂਡੀਮਾਈਥਲਿਨ ਕੀਤੀ ਤੇ ਇੱਕ ਪਾਣੀ ਲਾ ਕੇ ਬਾਅਦ ਚ ਕੀਤੀ। ਤੇ ਸਾਡੇ ਖੇਤ ਦੇ ਵਿੱਚ ਕੱਖ ਨਹੀਂ ਹੈਗਾ ਸੀਗਾ, ਕੋਈ ਨਦੀਨ ਨਹੀਂ ਜੰਮਿਆ, ਬਹੁਤ ਵਧੀਆ ਝੋਨਾ ਆਇਆ ਜੀ। ਦੂਰੋਂ ਦੂਰੋਂ ਲੋਕੀ ਦੇਖਣ ਆਉਂਦੇ ਆ। ਮੇਰੇ ਹਿਸਾਬ ਨਾਲ ਜੇ ਆਪਾਂ ਉਹਨੂੰ ਬੀਜ ਕੇ ਦੁਬਾਰਾ ਦੋ ਵਾਰ ਸੁਹਾਗਾ ਮਾਰਦੇ ਤਾਂ ਜ਼ਿਆਦਾ ਵਧੀਆ ਰਹੂਗਾ। ਹੁਣ ਅਸੀਂ ਤੇ ਮੈਂ ਤਾਂ ਇਹ ਸੋਚਿਆ ਹੋਇਆ ਕਿ ਆਪਾਂ ਰੂਲਾ ਬਣਾਵਾਂਗੇ, ਉਹਨੂੰ ਬਾਅਦ ਦੇ ਵਿੱਚ ਰੂਲੇ ਨਾਲ ਦੱਬ ਦਿਆ ਕਰਾਂਗੇ। ਪਹਿਲਾਂ ਵੀ ਰੂਲਾ ਫੇਰਾਂਗੇ ਤੇ ਬਾਅਦ ਦੇ ਵਿੱਚ ਵੀ ਰੂਲਾ ਫੇਰਾਂਗੇ। ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ। ਸਾਡੇ ਪਿੰਡ ਦੇ ਵਿੱਚ ਮੈਂ ਬੀਜਿਆ ਝੋਨਾ, ਸਾਡੇ ਏਰੀਏ ਦੇ ਵਿੱਚ ਹੋਰ ਵੀ ਬੰਦਿਆਂ ਨੇ ਬੀਜਿਆ ਸੀ, ਜ਼ਿਆਦਾ ਕਾਮਯਾਬ ਨਹੀਂ ਹੋਇਆ। ਜਿਹੜਾ ਮੇਰਾ ਝੋਨਾ ਬਹੁਤ ਕਾਮਯਾਬ ਆ, 7 ਕਿਲੋ ਬੀਜ, ਮੈਂ ਇੱਕ ਖੇਤ ਦਾ 7 ਕਿਲੋ ਬੀਜ ਪਾਇਆ ਜੀ। ਆਪਣਾ ਨਾਮ ਤੇ ਪਿੰਡ ਦਾ ਜ਼ਿਲ੍ਹਾ ਦੱਸ ਦਿਓ ਜੀ, ਸਾਰੀ ਜਾਣਕਾਰੀ ਦਿਓ ਸਰਕਾਰ ਸਿੰਘ ਜੀ। ਮੇਰਾ ਪਿੰਡ ਸਲੇਮਪੁਰ ਮਸੰਦਾ ਜੀ, ਜ਼ਿਲ੍ਹਾ ਜਲੰਧਰ, ਇਹ ਤੱਲਣ ਦੇ ਕੋਲ ਆ ਜੀ। ਸਾਡਾ ਪਿੰਡ GT ਰੋਡ ਤੋਂ 1 ਕਿਲੋਮੀਟਰ ਪਿੱਛੇ, GT ਰੋਡ ਤੋਂ 1 ਕਿਲੋਮੀਟਰ ਥੱਲੇ ਨੂੰ ਆ, ਹਵੇਲੀ ਦੇ ਲਾਗੇ। ਜਿਹੜਾ ਮੇਨ GT ਰੋਡ ਜਲੰਧਰ ਫਗਵਾੜੇ ਵਾਲਾ ਆ, ਉਹ ਤੋਂ ਪ੍ਰਾਗਪੁਰ ਪਿੰਡ ਤੋਂ GT ਰੋਡ ਤੋਂ 1 ਕਿਲੋਮੀਟਰ ਥੱਲੇ ਆ ਜੀ। ਸਾਡੇ ਤੋਂ ਅੱਗੇ ਪਿੰਡ ਤੱਲਣ ਆਉਂਦਾ ਜੀ। ਮੇਰਾ ਪਿੰਡ ਸਲੇਮਪੁਰ ਮਸੰਦਾ ਆ ਜੀ। ਧੰਨਵਾਦ ਜੀ। ਜਿਹੜਾ ਝੋਨਾ ਮੈਂ ਕੱਦੂ ਕਰਕੇ ਬੀਜਿਆ ਹੋਇਆ ਉਹਦੇ ਨਾਲੋਂ ਵਧੀਆ ਝੋਨਾ ਹੈ ਜੀ।